hello and Sashrikalji. i hope you all are happy and healthy wherever you are and i also hope that this new year 2021 brings with it lots of positivity hope and light although uh, 2020 bada a saal are rare but it has taught us a lot right? empathy patience minimalism we have survived challenges we have adapted we have accepted whatever came our way i hope that 2021 be the healing year for all of us so here i am with the fresh episode of daily meri kahani aur aaj mai jinna bare gal karan ja rahi ha unna nu introduce karan to pehla mai kuch lines mere dimag ch aa rahi hain ki kudiyan te kudiyan ne kudiyan da kiye we have heard these lines so often but i think eh hun thundliyan hundiyan ja rahi hain because kudiyan ਹਰ ਪਾਸੇ ਜਿੱਧਰ ਨਜ਼ਰ ਮਾਰੋ ਉਧਰ ਕੁੜੀਆਂ ਹੀ ਦਿਸਦੀਆਂ ਔਨ ਦਾ ਟੌਪ ਹੈਨਾ ਜੇ ਇਹਨਾਂ ਨੇ ਇਹ ਸਾਬਿਤ ਕਰ ਦਿੱਤੇ ਕਿ ਆਪਣੇ ਮਾਂ-ਬਾਪ ਦੇ ਨਾਮ ਨੂੰ ਅੱਗੇ ਤੋਰਨ ਵਾਲੇ ਸਿਰਫ ਮੁੰਡੇ ਨਹੀਂ ਹੁੰਦੇ ਇਹ ਵਿਰਾਸਤ ਕੁੜੀਆਂ ਵੀ ਗਾਂ ਲੈ ਕੇ ਜਾ ਸਕਦੀਆਂ ਸੋ ਟੁਡੇਜ਼ ਗੈਸਟ ਇਜ਼ ਦੈਟ ਲੋਹੇ ਦੇ ਇਰਾਦੇ ਵਾਲੀ ਕੁੜੀ ਜਿਨ੍ਹਾਂ ਨੇ ਨਾ ਸਿਰਫ ਆਪਣੇ ਬਾਪੂ ਜੀ ਆਪਣੇ ਪਿਤਾ ਜੀ ਦੇ ਨਾਮ ਨੂੰ ਸੰਭਾਲ ਕੇ ਰੱਖਿਆ ਉਹਨਾਂ ਦੀ ਜ਼ਮੀਨ ਨੂੰ ਵੀ ਸਾਂਭ ਕੇ ਰੱਖਿਆ ਉਹਨਾਂ ਦੀ ਮਿਹਨਤ ਨੂੰ ਵੀ ਸਾਂਭ ਕੇ ਰੱਖਿਆ ਸੋ ਜੀ ਆਇਆਂ ਕਹਿਣਾ ਚਾਹੂੰਗੀ ਟੂ ਟੁਡੇਜ਼ ਗੈਸਟ ਜੋ ਹੈ ਜੀ ਸਰਦਾਰ ਮੀਰ ਸਿੰਘ ਜੀ ਦੀ ਧੀ ਸਰਦਾਰ ਜਗਸੀਰ ਸਿੰਘ ਤੇ ਸਰਦਾਰ ਮੋਨ ਸਿੰਘ ਜੀ ਦੀ ਬਹੁਤ ਹੀ लाडली ਭੈਣ ਹਰਜਿੰਦਰ ਕੌਰ ਉਪਲ ਸਤਿ ਸ਼੍ਰੀ ਅਕਾਲ ਪੈਨ ਜੀ ਆਇਆਂ ਨੂੰ ਜੀ ਅੱਜ ਫਿਰ ਆਪਾਂ ਸ਼ੁਰੂਆਤ ਕਰਦੇ ਆਂ ਤੁਹਾਡੇ ਬਚਪਨ ਤੋਂ ਪਹਿਲਾਂ ਪੈਦਾਇਸ਼ ਕਿੱਥੇ ਦੀ ਹੈ ਤੁਸੀਂ ਵੱਡੇ ਕਿੱਥੇ ਹੋਏ ਹੋ ਕਿਦਾਂ ਦਾ ਟਾਈਮ ਸੀ ਉਹ ਬਚਪਨ ਦਾ ਤੇ ਲਾਈਕ ਕੌਣ ਕੌਣ ਸੀ ਘਰ ਦੇ ਵਿੱਚ ਉਸ ਵੇਲੇ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਕੌਰ ਉਪਲ ਪਿੰਡ ਆਈ ਮੇਰਾ ਜਗ ਸਿੰਘ ਵਾਲਾ ਤੇ ਤਸੀਲ ਜਿੰਦਾ ਸ਼੍ਰੀ ਮੁਕਸਰ ਸਾਹਿਬ ਸੋ ਗੱਲ ਜੇ ਮੇਰੇ ਪਰਿਵਾਰ ਦੀ ਕੀਤੀ ਜਾਵੇ ਤਾਂ ਪਰਿਵਾਰ ਵਿੱਚ ਅਸੀਂ ਪੰਜ ਭੈਣ ਭਰਾ ਸੀ ਤੇ ਤਿੰਨ ਮੇਰੇ ਤੋਂ ਵੱਡੇ ਭਰਾ ਸੀ ਤੇ ਦੋ ਭੈਣਾਂ ਤੇ ਮੇਰੇ ਮਾਤਾ ਪਿਤਾ ਜੀ ਤੇ ਮੇਰੇ ਤਾਇਆ ਜੀ ਤੇ ਦਾਦਾ ਦਾਦੀ ਸਾਡੇ ਜਨਮ ਤੋਂ ਪਹਿਲਾਂ ਹੀ ਗੁজার ਗਏ ਸੀ ਸੋ ਜੇ ਸਾਡੇ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਜਿਲ੍ਹਾ ਲੁਧਿਆਣਾ ਪਿੰਡ ਵੱਸੇ ਹਾਂ ਤੂੰ ਆ ਤੇ ਹੁਣ ਜਿਹੜੀ ਸਾਡੀ ਮੌਜੂਦਾ ਰਹਿਸ਼ਾ ਜਿੱਥੋਂ ਦੀ ਮੈਂ ਜੰਮ ਪਾਲਾਂ ਇੱਥੇ ਸਾਡਾ ਪਿੰਡ ਆ ਜਗਤ ਸਿੰਘ ਵਾਲਾ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਸੋ ਬਚਪਨ ਵਿੱਚ ਹੀ ਮੇਰੇ ਪਰਿਵਾਰ ਵਿੱਚ ਇਦਾਂ ਦੇ ਹੱਸਦੇ ਹੋਏ ਕਿ ਮੇਰਾ ਬਾਪੂ ਜੀ ਤੇ ਤਿੰਨੇ ਭਰਾ ਜਿਹੜੇ ਹੋ ਗੁਜ਼ਰ ਗਏ ਸੀਗੇ ਹਾਂਜੀ ਵੈਨ ਬਹੁਤ ਸੋਹਣੇ ਦਿਨ ਦੇਖੇ ਭਰਿਆ ਹੋਇਆ ਸੀ ਵਿਹੜਾ ਹਨਾ ਬਹੁਤ ਸਾਰੀ ਖੁਸ਼ਹਾਲੀ ਸੀ ਘਰ ਦੇ ਵਿੱਚ ਹਨਾ ਉਸ ਟਾਈਮ ਦੇ ਵਿੱਚ ਤੇ ਉਹ 5 ਸਾਲ ਫਿਰ ਆ ਜਾਂਦੇ ਆ ਜ਼ਿੰਦਗੀ ਦੇ ਵਿੱਚ ਜਿੰਦ ਜਿਹਦੇ ਚ ਘਰ ਦੇ ਬਹੁਤ ਸਾਰੇ ਜੀ ਤੁਸੀਂ ਗਵਾ ਬੈਨੇ ਹੋ ਉਹ ਜਿਹੜੇ ਭੈੜੇ 5 ਸਾਲ ਆਏ ਲਾਈਫ ਦੇ ਵਿੱਚ ਉਸ ਵੇਲੇ ਨੂੰ ਕਿਦਾਂ ਸਹਾਰਿਆ ਕਿਦਾਂ ਪਾਰ ਕੀਤਾ ਔਰ ਕੀ ਕੀ ਚੱਲ ਰਿਹਾ ਸੀ ਘਰ ਦੇ ਵਿੱਚ ਉਨਾ ਪੰਜਾ ਸਾਲਾਂ ਚ ਕੀ ਕੀ ਵਾਪਰਿਆ ਹਾਂਜੀ ਉਦੋਂ ਮੇਰੀ ਜਿਹੜੀ ਉਮਰ ਆ ਉਹ ਸਿਰਫ 7 ਸਾਲ ਦੀ ਸੀ ਤੇ ਸਾਰਿਆਂ ਤੋਂ ਪਹਿਲਾਂ ਮੇਰਾ ਜਿਹੜਾ ਛੋਟਾ ਭਰਾ ਉਹ ਬਚਪਨ ਵਿੱਚ ਹੀ ਗੁਜ਼ਰ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਮੇਰੇ ਤਾਇਆ ਜੀ ਸੀਗੇ ਉਹ ਤਾਂ ਪਹਿਵੀਂ ਕਹਿ ਸਕਦੇ ਆ ਕਿ ਆਪਣੀ ਉਮਰ ਦੇ ਮੁਤਾਬਕ ਗਏ ਤੇ ਸੋ ਵੀ ਦੁਨੀਆ ਦੇ ਵਿੱਚੋਂ ਚਲੇ ਗਏ ਤੇ ਉਸ ਤੋਂ ਬਾਅਦ ਮੇਰਾ ਵੱਡਾ ਭਾਈ ਸਤਾਰਜ ਸਿੰਘ ਜੱਗਾ ਜਿਹਨਾਂ ਨੂੰ ਖੰਗ ਹੋ ਗਈ ਸੀ ਤੇ ਖੰਗ ਹੀ ਇੱਕ ਟੀਵੀ ਦਾ ਰੂਪ ਲੈ ਗਈ ਤੇ ਅਸੀਂ ਬਹੁਤ ਇਲਾਜ ਕਰਵਾਇਆ ਤੇ ਹਾਰ ਥਾਂ ਦੇ ਉੱਤੇ ਸੀ ਵੱਡੇ ਵੀਰੇ ਦਾ ਇਲਾਜ ਕਰਵਾਇਆ ਪਰ ਆਖਰ ਨੂੰ ਜਿਹੜੀ ਸਾਡੀ ਕਿਸਮਤ ਸੀ ਉਹ ਹਾਰ ਗਈ ਤੇ ਸੋ ਮੇਰਾ ਵੱਡਾ ਵੀਰਾ ਵੀ ਸਾਨੂੰ ਇਸ ਦੁਨੀਆ ਦੇ ਵਿੱਚੋਂ ਹਮੇਸ਼ਾ ਲਈ ਹਾਲਵੇ ਦਾ ਕਹਿ ਗਿਆ ਤੇ ਵੱਡੇ ਵੀਰੇ ਦਾ ਬਾਪੂ ਜੀ ਨੇ ਬਹੁਤ ਦੁੱਖ ਲਾਇਆ ਅਸੀਂ ਤੋਂ ਬਚਪਨ ਦੇ ਵਿੱਚ ਦੋਵੇਂ ਭੈਣਾਂ ਬਹੁਤ ਛੋਟੀਆਂ ਸੀ ਤੇ ਛੋਟਾ ਮੇਰਾ ਭਰਾ ਸਾਡੇ ਤੋਂ ਜਿਹੜਾ ਮੋਹਨ ਸਿੰਘ ਸੀ ਉਹ ਵੱਡਾ ਸੀਗਾ ਤੇ ਹੌਲੀ-ਹੌਲੀ ਬਾਪੂ ਜੀ ਬਿਮਾਰ ਰਹਿਣ ਲੱਗੇ ਤੇ ਚੋਰੀ ਉਹਨਾਂ ਨੇ ਬਹਿ ਕੇ ਬਾਪੂ ਜੀ ਨੇ ਰੋਣਾ ਤੇ ਬਸ ਆਈ ਰੋਂਦਿਆਂ ਰੋਂਦਿਆਂ ਬਸ ਹੌਂਕਾ ਹੀ ਦਿਲ ਦੇ ਵਿੱਚ ਬਹਿ ਗਿਆ ਵੀ ਮੇਰਾ ਪੁੱਤ ਵੱਡਾ ਸੀਗਾ ਮੇਰੀ ਸੱਜੀ ਬਾਹਂ ਟੁੱਟ ਗਈ ਤੇ ਪਾਸੇ ਹਰ ਕਿਸੇ ਕੋਲੇ ਬਾਪੂ ਨੇ ਗੱਲਬਾਤ ਹਮੇਸ਼ਾ ਹੀ ਬਾਈ ਜੱਗੇ ਦੀ ਕਰਦੇ ਰਹਿਣਾ ਤੇ ਸੋ ਹੁੰਦਾ ਹੁੰਦਾ ਬਾਪੂ ਜੀ ਨੂੰ ਵੀ ਬਲੱਡ ਕੈਂਸਰ ਹੋ ਗਿਆ ਅਸੀਂ ਪਹਿਲਾਂ ਹੀ ਵੱਡੇ ਵੀਰ ਜਗਸੀਰ ਨੂੰ ਖੋ ਚੁੱਕੇ ਸੀਗੇ ਤੇ ਅਸੀਂ ਉਸ ਤੋਂ ਵੀ ਜ਼ਿਆਦਾ ਕੋਸ਼ਿਸ਼ ਕੀਤੀ ਵੀ ਬਾਪੂ ਜੀ ਦਾ ਇੱਕ ਵਧੀਆ ਇਲਾਜ ਕਰਵਾਇਆ ਜਾਵੇ ਤੇ ਆਪਣੀ ਵਾਅਦੇ ਮੁਤਾਬਕ ਜਿੰਨੀ ਵੀ ਸਾਡੇ ਚ ਪਹੁੰਚ ਸੀਗੀ ਤੇ ਸੋ ਅਸੀਂ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਬਾਪੂ ਜੀ ਦਾ ਇਲਾਜ ਕਰਵਾਇਆ ਤੇ ਫੇਰ ਵੀ ਸਾਡੀ ਕਿਸਮਤ ਆ ਜਿਹੜੀ ਉਹ ਹਾਰ ਗਈ ਤੇ ਮੇਰੇ ਬਾਪੂ ਜੀ ਵੀ ਸਾਨੂੰ 18 12 1999 ਨੂੰ ਤੇ ਇਸ ਦੁਨੀਆ ਦੇ ਵਿੱਚੋਂ ਹਮੇਸ਼ਾ ਲਈ ਉਹ ਵੀ ਸਾਨੂੰ ਛੱਡ ਕੇ ਚਲੇ ਗਏ ਤੇ ਉਸ ਤੋਂ ਬਾਅਦ ਮੇਰਾ ਛੋਟਾ ਭਾਈ ਸਰਦਾਰ ਮੋਹਨ ਸਿੰਘ ਤੇ ਜਿਨ੍ਹਾਂ ਦੀ ਮੈਂ ਸਭ ਤੋਂ लाਡ ਲਈ ਸੀ ਕਿਉਂਕਿ ਮੈਂ ਆਪਦੇ ਵੀਰੇ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਸੀ ਛੋਟੇ ਨੂੰ ਤੇ ਅਸੀਂ ਵੰਡੇ ਹੋਏ ਸੀਗੇ ਵੱਡੀ ਭੈਣ ਦਾ ਵੱਡਾ ਭਰਾ ਛੋਟੀ ਦਾ ਛੋਟਾ ਤੇ ਸੋ ਅਸੀਂ ਉਹਦਾ ਵੀਰੇ ਦਾ ਇੰਚੁਨੀ ਚੜਾਵਾ ਕਰ ਲਿਆ ਪਰਿਵਾਰ ਦੇ ਵਿੱਚ ਵੀ ਰੌਣਕ ਨਹੀਂ ਰਹੀ ਸੀ ਤੇ ਅਸੀਂ ਸੋਚਿਆ ਚਲੋ ਸਾਡਾ ਪਰਿਵਾਰ ਅੱਗੇ ਵਧੂਗਾ ਤੇ ਵੀਰੇ ਨੂੰ ਅਸੀਂ ਵਿਆਹ ਲੈਣ ਦਾ ਤੇ ਦੁਬਾਰਾ ਜਦੋਂ ਅਸੀਂ ਝੂਨਾ ਵੱਡੇ ਆ ਤੇ ਝੂਨਾ ਵੱਡਣ ਸਾਰ ਤੇ ਵੀਰਾ ਸਾਰੀਆਂ ਰਿਸ਼ਤੇਦਾਰੀਆਂ ਦੇ ਵਿੱਚ ਗਿਆ ਕਹਿਣ ਤੇ ਜਦੋਂ ਉਹ ਕਹਿਣ ਗਿਆ ਵੀਰਾ ਤੇ ਆਉਂਦੇ ਦਾ ਵੀਰੇ ਦਾ ਐਕਸੀਡੈਂਟ ਹੋ ਗਿਆ ਤੇ ਸੋਥਾਂ ਤੇ ਵੀਰੇ ਦੀ ਵੀ ਮੌਤ ਹੋ ਗਈ ਉਦੋਂ ਪੰਜਵੀਂ ਕਲਾਸ ਚ ਪੜਦੀ ਸੀ ਬਿਲਕੁਲ ਛੋਟੀ ਸੀ ਤੇ ਸਾਨੂੰ ਕਿਸੇ ਨੇ ਦੱਸਿਆ ਨਹੀਂ ਸੀਗਾ ਵੀ ਐਂ ਕਰਕੇ ਥੋੜਾ ਜਿਹੜਾ ਛੋਟਾ ਵੀ ਰਾਗ ਗੁਜ਼ਰ ਗਿਆ ਤੇ ਪਰ ਜਦੋਂ ਸ਼ਾਮ ਨੂੰ ਨੇਰੇ ਮੇਰੇ ਵੀਰੇ ਦੀ ਲਾਸ਼ ਆਈ ਸੀ ਪੋਸਟਮਾਰਟਮ ਹੋ ਕੇ ਤੇ ਉਹ ਅਸੀਂ ਅੱਖੀਂ ਦੇਖੀ ਸੀ ਤੇ ਉਹ ਦਿਨ ਮੈਨੂੰ ਅੱਜ ਵੀ ਬਿਲਕੁਲ ਯਾਦ ਆ ਯਕੀਨ ਨਹੀਂ ਆਉਂਦਾ ਕਿ ਰੱਬ ਇੰਨਾ ਬੇਦਰਦ ਵੀ ਹੋ ਸਕਦਾ ਹੈ ਇੰਨਾ ਇੰਨੇ ਟੈਸਟ ਇੰਨੀਆਂ ਪ੍ਰੋਬਲਮਸ ਇੱਕੋ ਪਰਿਵਾਰ ਤੇ ਤੇ ਮੈਂ ਜਦੋਂ ਇੰਨੇ ਸਾਰੇ ਘਰ ਦੇ ਸਾਰੇ ਮੇਲ ਮੈਂਬਰ ਚਲੇ ਜਾਂਦੇ ਆ ਹੌਲੀ ਹੌਲੀ ਕਿਸੇ وجہ ਨਾਲ ਘਰ ਜਦੋਂ ਖਾਨ ਨੂੰ ਆਉਂਦਾ ਔਰ ਕੱਲੇ ਰਹਿ ਜਾਣੇ ਹੋ ਤੁਸੀਂ ਦੋ ਭੈਣਾਂ ਤੇ ਤੁਹਾਡੇ ਮਦਰ ਜਦੋਂ ਘਰ ਚ ਹੁੰਦੇ ਉਸ ਟਾਈਮ ਦੇ ਉੱਤੇ ਸ਼ਰੀਕੇ ਭਾਈ ਜਾ ਰਹੇ ਨੇ ਕਿੰਨਾ ਕੁ ਸਾਥ ਦਿੱਤਾ ਐਡੀ ਵੱਡੀ ਟ੍ਰੈਜੇਡੀ ਤੋਂ ਬਾਅਦ ਕਿਹਨੇ ਤੁਹਾਡੀ ਬਾਹ ਫੜੀ ਕੌਣ ਤੁਹਾਡੇ ਨਾਲ ਖੜਾ ਹੋਇਆ ਉਸ ਟਾਈਮ ਤੇ ਹਾਂਜੀ ਜੀ ਇਹ ਗੱਲ ਸਾਡੇ ਸ਼ਰੀਕੇ ਕਬੀਲੇ ਦੀ ਕੀਤੀ ਜਾਵੇ ਤੋਂ ਦੋਸੀ ਬਚਪਨ ਵਿੱਚ ਸੀ ਤੇ ਬਹੁਤ ਸ਼ੂਟਿੰਗਾਂ ਸੀ ਤੇ ਨਾ ਤਾਂ ਸਾਨੂੰ ਕਿਸੇ ਚੰਗੇ ਮਾੜੇ ਦਾ ਪਤਾ ਹੁੰਦਾ ਸੀਗਾ ਤੇ ਨਾ ਸਾਨੂੰ ਇਹ ਪਤਾ ਹੁੰਦਾ ਸੀ ਮੁਸੀਬਤ ਕੀ ਆ ਤੇ ਸਹਜੂ ਕੀ ਆ ਸੋ ਉਸ ਮਾਹੌਲ ਨੂੰ ਆਪਾਂ ਮੱਦੇ ਨਜ਼ਰ ਰੱਖਦੇ ਹੋਏ ਤੇ ਵਧੀਆ ਸੀ। ਹਾਂ ਠੀਕ ਸੀ ਮਾਹੌਲ, ਸਹਿਯੋਗ ਠੀਕ ਸੀ ਪਰ ਕਿਸੇ ਨੇ ਸਾਨੂੰ ਨਿੱਜੀ ਤੌਰ ਤੇ ਜਿਵੇਂ ਆਪਾਂ ਕਹਿ ਦਿੱ ਗਏ ਜਾਂ ਆਰਥਿਕ ਮਦਦ ਦੇ ਕੇ ਉਠਾਉਣ ਦੀ ਕੋਈ ਖਾਸ ਕੋਸ਼ਿਸ਼ ਨਹੀਂ ਕੀਤੀ। ਸੋ ਪਰਿਵਾਰ ਦੇ ਉੱਤੇ ਘਟਨਾ ਵੀ ਇਸ ਤਰੀਕੇ ਨਾਲ ਘਟੀਆਂ ਤੇ ਸਿਹ੍ਹਾ ਵੀ ਆਪਣੇ ਆਪ ਤੇ ਕਿਉਂਕਿ ਉਸ ਸਮੇਂ ਜਿਹੜੀ ਜ਼ਮੀਨ ਸੀ ਉਹ ਵੀ ਬਿਲਕੁਲ ਬੰਜਰ ਹੋ ਗਈ ਸੀ ਤੇ ਜਿਹੜੀਆਂ ਮਸ਼ੀਨਰੀਆਂ ਸੀ ਖੇਤੀਬਾੜੀ ਦੀਆਂ ਉਹ ਵੀ ਖੜੀਆਂ ਗੱਲ ਦੀਆਂ ਸ਼ੁਰੂ ਹੋ ਗਈਆਂ ਸੀ। ਠੀਕ ਆ। ਤੇ ਵੇਸੀ ਸਾਰਿਆਂ ਨੂੰ ਘਰ ਦੇ ਵਿੱਚੋਂ ਡਰ ਆਉਣਾ ਸ਼ੁਰੂ ਹੋ ਗਿਆ ਸੀ ਵੀ ਇਸ ਘਰ ਦੇ ਵਿੱਚ ਪੰਜ ਮੌਤਾਂ ਹੋਗੀਆਂ ਤੇ ਜ਼ਿਆਦਾਤਰ ਲੋਕ ਨਾ ਪੈ ਮਹਿਸੂਸ ਕਰਦੇ ਸੀ ਤੇ ਹਰਜਿੰਦਰਪ੍ਰੀਤ ਤੁਸੀਂ ਆਪ ਖੇਤੀ ਕਰਦੇ ਹੋ ਆਪ ਤੁਸੀਂ ਉਹਨੂੰ ਟੇਕਓਵਰ ਕੀਤਾ ਸਾਰਾ ਕੁਝ ਹੱਥੀ ਕਰਦੇ ਹੋ ਹੈਨਾ ਤੇ ਇਹ ਜਿਹੜਾ ਸਾਰਾ ਪ੍ਰੋਸੈਸ ਸੀ ਕਿਹੜਾ ਕੋਈ ਬੰਦਾ ਤਿਆਰ ਹੁੰਦਾ ਮੈਂਟਲੀ ਉਹ ਚੀਜ਼ ਨੂੰ ਕਰਨ ਨੂੰ ਕਿ ਆਪਾਂ ਕਿਹੜਾ ਪ੍ਰੀਪੇਅਰਡ ਹੁੰਨੇ ਆ ਕਿ ਆਪਾਂ ਇਸ ਪਾਸੇ ਨੂੰ ਤੁਰਨਾ ਹੈ ਕਰਨਾ ਤੇ ਤੁਸੀਂ ਕੁਝ ਹੋਰ ਚਾਹੁੰਦੇ ਸੀ ਉਦਾਂ ਗਵਰਨਮੈਂਟ ਸਰਵਿਸ ਬਟ ਕਿੰਨਾ ਕੋ ਔਕੜ ਆਈਆਂ ਜਦੋਂ ਖੇਤੀ ਨੂੰ ਟੇਕਓਵਰ ਕੀਤਾ ਕਿੰਨੇ ਕਿ ਲੋਕਾਂ ਦਾ ਸਾਥ ਮਿਲੇ ਤੇ ਕਿੰਨੇ ਆ ਕਿ ਨੇ ਕ੍ਰਿਟਿਸਾਈਜ਼ ਕੀਤਾ ਇਹ ਕਹਿ ਕੇ ਵੀ ਜੀ ਇਹ ਕੁੜੀਆਂ ਦੇ ਕਰਨ ਵਾਲਾ ਕੰਮ ਨਹੀਂ ਹੈ ਕਿਉਂ ਲੱਗੀ ਹੋਈ ਹੈ ਇਸ ਪਾਸੇ ਹੋਇਆ ਇਦਾਂ ਮਿਲੇ ਇਦਾਂ ਦੇ ਲੋਕ ਤੁਹਾਨੂੰ ਹਾਂਜੀ ਸ਼ੁਰੂ ਵਿੱਚ ਲੈ ਕੇ ਤਾਂ ਮੈਂ ਜਿਹੜੀਆਂ ਖੇਤੀਬਾੜੀ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਾਂ ਜਿਹੜੀਆਂ ਸਈਆਂ ਕਿਉਂਕਿ ਮੈਨੂੰ ਕਿਸੇ ਨੇ ਵਿਸਥਾਰ ਨਾਲ ਨਹੀਂ ਸੀ ਦੱਸਿਆ ਵੀ ਕਿਹੜੀ ਖਾਦ ਕਿੰਨੀ ਕਦੋਂ ਤੇ ਕਿਹੜੀ ਫਸਲ ਵਿੱਚ ਪਾਈ ਜਾਵੇ ਠੀਕ ਆ ਕਿਸੇ ਵੀ ਚੀਜ਼ ਦੀ ਮੈਨੂੰ ਡਿਟੇਲ ਨਹੀਂ ਸੀ ਦੱਸੀ ਤੇ ਨਾ ਹੀ ਮੈਨੂੰ ਕਿਸੇ ਨੇ ਟਰੈਕਟਰ ਤੇ ਗੇਅਰ ਪਾਉਣੇ ਦੱਸੀ ਸੀ ਇਹ ਚੀਜ਼ਾਂ ਮੈਨੂੰ ਦੱਸੀਆਂ ਨਹੀਂ ਸੀ ਪਰ ਹੌਲੀ-ਹੌਲੀ ਮੈਂ ਜਿੱਦੀ ਸੁਭਾਅ ਦੀ ਸੀ ਤੇ ਮੇਰਾ ਉਹ ਚੀਜ਼ਾਂ ਨਾਲ ਸ਼ੌਂਕ ਸੀ ਮੂਹ ਸੀ ਪਿਆਰ ਸੀ ਕਿਉਂਕਿ ਵੱਡਾ ਵੀਰਾ ਸਾਨੂੰ ਥੋੜਾ-ਥੋੜਾ ਸਿਖਾਉਂਦਾ ਰਹਿੰਦਾ ਹੁੰਦਾ ਸੀ ਤੇ ਉਹ ਚੀਜ਼ਾਂ ਦੀ ਸਾਡੇ ਅੰਦਰ ਚਾਹਤ ਸੀ ਕਿ ਸਾਡੇ ਪਰਿਵਾਰ ਨੇ ਇਹ ਚੀਜ਼ਾਂ ਲਈਆਂ ਤੇ ਇਹਨਾਂ ਨੂੰ ਅਸੀਂ ਚਲਾਉਣਾ ਵਾਹੁਣਾ ਬੀਜਣਾ ਤੇ ਸੋ ਹੁਣ ਤੱਕ ਮੰਨ ਕੇ ਚੱਲੋ ਭਾਈਚਾਰੇ ਦਾ ਜਿਹੜਾ ਸਹਿਯੋਗ ਆ ਉਹ ਰਲਮਾ ਮਿਲਮਾ ਵੀਰਿਆ ਜਿਸ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਵਿੱਚੋਂ 80% ਉਹ ਪੈਣ ਭਰਾ ਮਿਲੇ ਜਿਹੜੀਆਂ ਮੇਰੀਆਂ ਲੱਤਾਂ ਖਿੱਚਣ ਵਾਲੀ ਸੀ ਕਿਉਂਕਿ ਪਹਿਲਾਂ ਤਾਂ ਆਪਾਂ ਕੁੜੀ ਹੁੰਦੀ ਹੈ ਜਦੋਂ ਕੁੜੀ ਇੰਨਾ ਕਮ ਅਜ ਖਾਸ ਕਰਕੇ ਮੁੰਡੇ ਵਾਲੇ ਖੇਤੀਬਾੜੀ ਦੇ ਕਿੱਤਿਆਂ ਵਿੱਚ ਪੈਂਦੀ ਆ ਤਾਂ ਉਹਨੂੰ ਹਮੇਸ਼ਾ ਹੀ ਜਿਹੜਾ ਅਗਨੋਰ ਕੀਤਾ ਜਾਂਦਾ ਸੋ ਮੈਨੂੰ ਵੀ ਕੀਤਾ ਗਿਆ ਕਾਫੀ ਚੀਜ਼ਾਂ ਮੈਂ ਸੁਣੀਆਂ ਦੇਖੀਆਂ ਸਮਝੀਆਂ ਪਰ ਮੇਰੀ ਆਦਤ ਆ ਇੱਕ ਵੀ ਜੇ ਅਸੇ ਚੀਜ਼ ਨਾਲ ਮੈਨੂੰ ਕੋਈ ਹਰਾਉਣ ਦੀ ਜਾਂ ਮੇਰੀ ਕਮਜ਼ੋਰੀ ਬਣਾਉਣ ਦੀ ਕੋਸ਼ਿਸ਼ ਕਰਦਾ ਉਸ ਚੀਜ਼ ਨੂੰ ਮੈਂ ਆਪਦਾ ਹਮੇਸ਼ਾ ਹੀ ਹੌਸਲਾ ਬਣਾਇਆ ਤੇ ਹਮੇਸ਼ਾ ਹੀ ਉਸ ਚੀਜ਼ ਤੋਂ ਸਿੱਖਣ ਦੀ ਕੋਸ਼ਿਸ਼ ਕੀਤੀ ਆ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜੇ ਕੋਈ ਮੇਰੇ ਵਿੱਚ ਗਲਤੀ ਕੱਢਦਾ ਮੈਂ ਤਾਂ ਵੀ ਸੁਧਰਾਂ ਠੀਕ ਆ ਉਹ ਚੀਜ਼ ਨੂੰ ਸੁਧਾਰਾਂ ਤੇ ਸੋ ਜੇ ਮੰਨ ਕੇ ਚਲੋ ਮੈਨੂੰ ਕੋਈ ਕਹਿੰਦਾ ਵੀ ਹਾਂ ਇਹਦੇ ਕੋਲੇ ਆ ਚੀਜ਼ ਹੈ ਨਹੀਂ ਜਿਵੇਂ ਮਸ਼ੀਨਰੀਆਂ ਹੈ ਨਹੀਂ ਸਿੰਘ ਤੇ ਕਿਸੇ ਨੇ ਕਹਿਣਾ ਵੀ ਇਹਨਾਂ ਕੋਲੇ ਆ ਹੈ ਨਹੀਂ ਆ ਹੈ ਨਹੀਂ ਸੋ ਮੇਰੀ ਪਰਮਾਤਮਾ ਅੱਗੇ ਵੀ ਅਰਦਾਸ ਹੁੰਦੀ ਸੀ ਤੇ ਜਿਹੜੀ ਮੈਂ ਮਿਹਨਤ ਕਰਦੀ ਸੀ ਉਸ ਮਿਹਨਤ ਦੇ ਵਿੱਚ ਹਮੇਸ਼ਾ ਹੀ ਇੱਕ ਅਰਦਾਸ ਸੀ ਤੇ ਮੇਰੀ ਸੋਚ ਸੀ ਇਹ ਵਾਹਿਗੁਰੂ ਸਾਨੂੰ ਦੁਬਾਰਾ ਇਸ ਚੀਜ਼ ਦੇ ਕਾਬਿਲ ਕਰ ਸੋ ਜਿਵੇਂ ਮਸ਼ੀਨਰੀਆਂ ਜਿਹੜੀਆਂ ਦੁਬਾਰਾ ਉਹ ਬਣੀਆਂ ਦੀ ਮੈਂ ਪ੍ਰਮਾਤਮਾ ਦੀ ਇਸ ਗੱਲੋਂ ਧੰਨਵਾਦੀ ਹਾਂ ਵੀ ਪ੍ਰਮਾਤਮਾ ਜੇ ਤੁਸਾਂ ਨੂੰ ਦੁੱਖ ਦਿੱਤੇ ਹਨ ਤਾਂ ਇਹਨਾਂ ਨੂੰ ਸਹਿਣ ਦਾ ਤੇ ਹੰਡਾਉਣ ਦਾ ਜਜ਼ਬਾ ਤੇ ਹੌਸਲਾ ਵੀ ਦਿੱਤਾ ਜਦੋਂ ਤੋਂ ਮੈਂ ਤੁਹਾਡੀ ਜ਼ਿੰਦਗੀ ਦੀ ਕਹਾਣੀ ਬਾਰੇ ਪੜਿਆ ਸੁਣਿਆ ਦੇਖਿਆ ਹੈ ਨਾ ਤੇ ਉਦੋਂ ਤੋਂ ਮੈਂ ਥੋੜਾ ਜਿਹਾ ਅੰਦਰ ਤੱਕ ਹਿੱਲ ਗਈ ਹਾਂ ਮੈਂ ਬਹੁਤ-ਬਹੁਤ ਰਾਤਾਂ ਬਹੁਤ-ਬਹੁਤ ਦਿਨ ਸੋਚਦੀ ਰਹੀ ਨਹੀਂ ਔਰ ਮੈਨੂੰ ਗੁੱਸਾ ਵੀ ਆਉਂਦਾ ਰੱਬ ਤੇ ਵੀ ਆਉਂਦਾ ਤਕਦੀਰ ਤੇ ਵੀ ਆਉਂਦਾ ਕਿ ਇੰਨੀਆਂ ਪ੍ਰੋਬਲਮਸ ਇੰਨਾ ਸਭ ਕੁਝ ਇੱਕ ਹੀ ਇਨਸਾਨ ਦੇ ਨਾਲ ਤੇ ਬੰਨ ਜਦ ਤੁਸੀਂ ਇਕੱਲੇ ਬੈੰਨੇ ਹੋ ਕਦੀ ਰੱਬ ਨਾਲ ਜਦੋਂ ਗੱਲਾਂ ਕਰਦੇ ਹੋ ਤਾਂ ਗੁੱਸਾ ਆਉਂਦਾ ਕਦੀ ਉਹਨਾਂ ਤੇ ਜੀਤ ਕਰਦਾ ਹੋਣਾ ਨਾ ਕਿ ਅੱਜ ਵੇਲੇ 'ਚ ਤੁਹਾਡੇ ਬਾਪੂ ਜੀ ਵੀ ਹੁੰਦੇ ਤੁਹਾਡੇ ਵੀਰੇ ਵੀ ਹੁੰਦੇ ਉਹਨਾਂ ਦੇ ਪਰਿਵਾਰ ਵੀ ਹੁੰਦੇ ਤੇ ਤੁਹਾਡੀ ਇਸ ਤਾਕਤ ਨੂੰ ਵੇਖਦੇ ਅਮ ਸੋਚਦੇ ਹੁੰਦੇ ਹੋ ਉਹਨਾਂ ਬਾਰੇ ਕਿੰਨਾ ਕੋ ਯਾਦ ਆਉਂਦੇ ਆ ਤੇ ਨਾਲੇ ਕੋਈ ਇਦਾਂ ਦੀ ਖੁਆਇਸ਼ ਕੋਈ ਇਦਾਂ ਦੀ ਸਦਰ ਕੋਈ ਇਦਾਂ ਦੀ ਅੰਦਰ ਕੋਈ ਡ੍ਰੀਮ ਕੋਈ ਏਮ ਇਦਾਂ ਦੀ ਅੰਦਰ ਰਹਿ ਗਈ ਹੋਵੇ ਜਿਹੜੀ ਹਾਲੇ ਵੀ ਮਨਚ ਹੋਵੇ ਵੀ ਮੈਂ ਇਹਨੂੰ ਪੂਰਾ ਕਰਨਾ ਹੈ ਹਾਲੇ ਮੈਂ ਰਾਹ 'ਚ ਜਾਂ ਹਾਲੇ ਮੈਂ ਪਹੁੰਚੀ ਨਹੀਂ ਹੈ ਆਪਣੀ ਡੈਸਟੀਨੇਸ਼ਨ ਤੇ ਆ ਚੀਜ਼ ਮੈਂ ਹਾਲੇ ਅਚੀਵ ਕਰਨੀ ਹੈ ਕੋਈ ਇਦਾਂ ਦੀ ਡ੍ਰੀਮ ਹਾਂਜੀ ਗੱਲ ਰਹੀ ਜਦੋਂ ਆਪਾਂ ਕੱਲੇ ਬੈੰਨੇ ਆ ਠੀਕ ਆ ਤਾਂ ਹਮੇਸ਼ਾ ਜਿਹੜੀਆਂ ਮੇਰੇ ਬਾਪੂ ਜੀ ਦੀਆਂ ਫੋਟੋ ਆ ਮੇਰੇ ਵੱਡੇ ਭਰਾ ਦੀਆਂ ਫੋਟੋ ਆ ਤੇ ਛੋਟੇ ਦੀਆਂ ਉਹ ਮੇਰੇ ਕਮਰੇ ਵਿੱਚ ਲੱਗੀਆਂ ਹੋਈਆਂ ਤੇ ਹਮੇਸ਼ਾ ਹੀ ਮੇਰੀ ਇਹੋ ਜ਼ਿੰਦਗੀ ਦਾ ਹੌਸਲਾ ਬਣਿਆ ਰਹੀਆਂ ਤੇ ਹਮੇਸ਼ਾ ਹੀ ਜਦੋਂ ਮੈਂ ਕਿਸੇ ਵੀ ਆਪਦੀ ਵਿੱਚ ਜ਼ਿੰਦਗੀ ਵਿੱਚ ਕੰਮ ਨੂੰ ਸ਼ੁਰੂ ਕਰਨਾ ਤਾਂ ਮੈਂ ਹਮੇਸ਼ਾ ਹੀ ਉਹ ਫੋਟੋਆਂ ਵਾਲੀ ਦੇਖ ਕੇ ਊਟਾ ਆਸਰਾ ਲੈ ਕੇ ਮੱਥਾ ਟੇਕ ਕੇ ਮੈਂ ਹਮੇਸ਼ਾ ਉਸ ਚੀਜ਼ ਤੋਂ ਸ਼ੁਰੂਆਤ ਕਰਦੀ ਆ ਠੀਕ ਆ ਤੇ ਪਰਮਾਤਮਾ ਨਾਲ ਸ਼ਿਕਵਾ ਤਾਂ ਨਹੀਂ ਪਰ ਕਦੇ-ਕਦੇ ਮਹਿਸੂਸ ਕਰੀਦਾ ਵੀ ਜਜ ਬਾਪੂ ਹੁੰਦਾ ਫਿਰ ਜਿਹੜੇ ਜ਼ਿੰਦਗੀ ਦੇ ਵਿੱਚ ਆ ਨਾਮ ਬਣਿਆ ਚਲੋ ਵੀ ਮਸ਼ੀਨਰੀਆਂ ਬਣੀਆਂ ਫਿਰ ਮੈਨੂੰ ਇਸ ਚੀਜ਼ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਜਿਹੜਾ ਆਪਣਾ ਪਰਿਵਾਰ ਆ ਪਰਿਵਾਰ ਤੇ ਪਰਿਵਾਰ ਦਾ ਮੋਹ ਪਿਆਰ ਤੋਂ ਵੱਡੀ ਆਪਣੀ ਜ਼ਿੰਦਗੀ 'ਚ ਕੋਈ ਚੀਜ਼ ਨਹੀਂ ਹੁੰਦੀ ਫਿਰ ਆਪਾਂ ਇੱਛਾ ਛੋਟੀਆਂ ਕਰ ਲੈਣੀਆਂ ਤੇ ਸੋ ਉਹ ਕਦੇ ਲਾਡ ਪਿਆਰ ਨਹੀਂ ਮਿਲਿਆ ਉਸ ਚੀਜ਼ ਨੂੰ ਬੜਾ ਮਹਿਸੂਸ ਕੀਤਾ ਤੇ ਰੱਬ ਦੇ ਨਾਲ ਜੇ ਆਪਾਂ ਸ਼ਿਕਵਾ ਕਰਗੇ ਸ਼ਿਕਵਾ ਤਾਂ ਇਹੀ ਹੋ ਸਕਦਾ ਆਪਾਂ ਨੂੰ ਵੀ ਰੱਬਾ ਇਦਾਂ ਸਾਡੇ ਨਾਲ ਨਹੀਂ ਸੀ ਕਰਨਾ ਹਨ ਤੇ ਪਰ ਮੈਂ ਰੱਬ ਨੂੰ ਕਦੇ ਬਾਹਲੇ ਗੁੱਸੇ ਨਾਲ ਕਦੇ ਕੁਝ ਨਹੀਂ ਕਿਹਾ ਠੀਕ ਆ ਮੈਂ ਸੋਚਦੀ ਆ ਵੀ ਰੱਬ ਦੀ ਰਜਾ ਜੇ ਪ੍ਰਮਾਤਮਾ ਉਹ ਨਾ ਕਰਦਾ ਫਿਰ ਆ ਨਹੀਂ ਹੁਣ ਅਸੀਂ ਕਿਉਂਕਿ ਜਿਵੇਂ ਜਿਵੇਂ ਹੁਣ ਉਮਰ ਵੱਧਦੀ ਆ ਤੇ ਓਵੇਂ ਓਵੇਂ ਉਦਾਂ ਲੱਗਦਾ ਹਮੇਸ਼ਾ ਹੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਜਿਵੇਂ ਪੁਰਾਣੀਆਂ ਇੰਟਰਵਿਊਆਂ ਆ ਇੱਕ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਮੇਰੀ ਸੋਚ ਹੁੰਦੀ ਆ ਉਹ ਸਾਰਿਆਂ ਦੇ ਸਾਹਮਣੇ ਆਉਂਦੀ ਆ ਮੇਰਾ ਸੁਪਨਾ ਉਹ ਸਾਹਮਣੇ ਆਉਂਦਾ ਤੇ ਇਹ ਤੋਂ ਪਹਿਲਾਂ ਜਿਹੜੇ ਮੇਰੇ ਛੋਟੇ-ਛੋਟੇ ਸੁਪਨੇ ਆ ਉਹ ਪੂਰੇ ਹੋਏ ਆ ਤੇ ਸੋ ਹੁਣ ਜਿਹੜਾ ਮੇਰਾ ਸੁਪਨਾ ਉਹ ਸਾਰਿਆਂ ਤੋਂ ਵੱਡਾ ਕਿਉਂਕਿ ਮੇਰਾ ਸ਼ੌਂਕ ਵੀ ਸੀ ਤੇ ਮੇਰਾ ਸੁਪਨਾ ਵੀ ਸੀਗਾ ਤੇ ਹਰਤੀ ਪੁੱਤ ਦਾ ਹੁਣ ਵੀ ਚਾਹੀਦਾ ਕਿਉਂਕਿ ਇੱਥੇ ਆਪਣਾ ਜਿਹੜਾ ਮਕਾਨ ਆ ਮਕਾਨ ਬਣੇ ਨੂੰ ਇਹ ਮੇਰੇ ਬਚਪਨ ਚ ਜਨਮ ਵੇਲੇ ਬਣਿਆ ਸੀਗਾ 1991 ਵਿੱਚ ਮੇਰੇ ਜਨਮ ਤੋਂ 2 ਸਾਲ ਬਾਅਦ ਹੀ ਤੇ ਅਸੀਂ ਬੜੀ ਜिद ਕਰਨੀ ਨਿੱਕੇ ਹੁੰਦਿਆਂ ਨੇ ਵੀ ਬਾਪੂ ਸਾਨੂੰ ਮਕਾਨ ਬਣਾ ਕੇ ਦੇ ਤੇ ਆਪਣਾ ਪ੍ਰਾਣਾ ਇੱਕੋ ਹੀ ਵੱਡਾ ਸਾਰਾ ਕਮਰਾਗਾ ਘਰ ਪਾਉਣਾ ਘਰ ਪਾਉਣਾ ਤੇ ਸੋ ਹੁਣ ਇਸ ਘਰ ਨੂੰ 30 ਸਾਲ ਹੋ ਗਿਆ ਤੇ ਇਹ ਘਰ ਦੀ ਜਿਹੜੀ ਹਾਲਾਤ ਆ ਬਹੁਤ ਵੀ ਖਰਾਬ ਹੋ ਗਏ ਹੁਣ ਮੇਰੀ ਸੋਚ ਇਹ ਹੈਗੀ ਆ ਵੀ ਜਲਦੀ ਆਪਾਂ ਪ੍ਰਮਾਤਮਾ ਕਿਰਪਾ ਕਰੇ ਕਿ ਨਵਾਂ ਮਕਾਨ ਬਣਾਉਣਾ ਮਕਾਨ ਬਣਾਉਣ ਦੀ ਇਹ ਸੋਚ ਆ ਮੈਂ ਇਸੇ ਜ਼ਮੀਨ ਦੇ ਵਿੱਚ ਹੀ ਆਪਦੇ ਬਾਪੂ ਜੀ ਦੇ ਮਕਾਨ ਬਣਾਉਣਾ ਚਾਹੁੰਨੀ ਆ ਵੀ ਮੇਰੇ ਪਿਓ ਦਾ ਜਿਹੜਾ ਦਰਵਾਜ਼ਾ ਉਹ ਹਮੇਸ਼ਾ ਖੁੱਲ੍ਹਾ ਰਹੇ ਠੀਕ ਹੈ ਮੇਰੇ ਭਰਾਵਾਂ ਦਾ ਨਾਂ ਜਿਹੜਾ ਉਹ ਹਮੇਸ਼ਾ ਇਸ ਦੁਨੀਆ ਤੇ ਰਹੇ ਕਿਉਂਕਿ ਮੈਂ ਹਮੇਸ਼ਾ ਕਹਿਨੀ ਹੁੰਦੀ ਆ ਵੀ ਮੈਨੂੰ ਮੇਰੇ ਨਾਮ ਨਾਲ ਨਹੀਂ ਮੇਰੇ ਬਾਪੂ ਜੀ ਦੇ ਤੇ ਮੇਰੇ ਭਰਾਵਾਂ ਦੇ ਨਾਂ ਨਾਲ ਹੀ ਮੈਨੂੰ ਬੁਲਾਇਆ ਜਾਵੇ ਸੋ ਮੇਰੀ ਕੋਸ਼ਿਸ਼ ਆ ਵੀ ਬਾਪੂ ਜੀ ਦੇ ਨਾਮ ਤੇ ਤੇ ਵੱਡੇ ਬਾਈ ਰਗਿਆਂ ਦੇ ਨਾਮ ਤੇ ਵੀ ਮੈਂ ਇੱਕ ਮਕਾਨ ਬਣਾਵਾ ਤੇ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਤਾਂ ਰਵਾਜ ਨਹੀਂ ਪਰ ਸ਼ਹਿਰੀ ਰਗੇ ਦੇ ਵਿੱਚ ਹੈਗਾ ਵੀ ਜਿਵੇਂ ਆਪਾਂ ਇੱਕ ਸਾਈਡ ਦੇ ਉੱਤੇ ਇੱਕ ਬੋਰਡ ਦੇ ਉੱਤੇ ਆਪਣੇ ਪਰਿਵਾਰ ਦੇ ਨਾਮ ਲਾਉਣੇ ਆ ਤੇ ਉਹ ਮੈਂ ਆਪਣੀ ਇਹ ਜਿਹੜਾ ਪਰਿਵਾਰ ਆ ਉਹਦਾ ਨਾਮ ਜ਼ਰੂਰ ਲਾਵਾਂ ਵੀ ਉਹਨਾਂ ਦੀ ਯਾਦਗਾਰਾ ਮੇਰੇ ਲਈ ਜ਼ਿੰਦਗੀ 'ਚ ਸਭ ਤੋਂ ਵੱਡੀ ਮੇਰੀ ਕੋਸ਼ਿਸ਼ ਆ ਕਿ ਮੇਰੇ ਪਿਓ ਦਾ ਜਿਹੜਾ ਘਰ ਦਾ ਦਰਵਾਜ਼ਾ ਉਹ ਹਮੇਸ਼ਾ ਹੀ ਖੁੱਲ੍ਹਾ ਰਹੇ ਠੀਕ ਆ ਹਮੇਸ਼ਾ ਹੀ ਹੋ ਜਾਦਾ ਸਾਡੇ ਨਾਲ ਰਹਿਣ ਤੇ ਪ੍ਰਮਾਤਮਾ ਚਲਦੀ ਕਿਰਪਾ ਕਰੇ ਜੋ ਤੁਹਾਡੇ ਰੁਟੀਨ ਵੱਲ ਸੋਚਦੀਆਂ ਕਿਦਾਂ ਤੁਹਾਡਾ ਦਿਨ ਸ਼ੁਰੂ ਹੁੰਦਾ ਹੈ ਕਿਦਾਂ ਖਤਮ ਹੁੰਦਾ ਹੈ ਬਾਹਰ ਦਾ ਸਾਰਾ ਕੰਮ ਕਰਨਾ ਖੇਤਾਂ ਦਾ ਸਾਰਾ ਇਕੱਲੇ ਕੰਮ ਕਰਨਾ ਘਰ ਦਾ ਸਾਰਾ ਕੰਮ ਕਰਨਾ ਇੰਨੀ ਹਿੰਮਤ ਇੰਨੀ ਤਾਕਤ ਇਹ ਆਉਂਦੀ ਕਿੱਥੋਂ ਹੈ ਤਕਾਵਟ ਨਹੀਂ ਹੁੰਦੀ ਕਦੀ ਇਦਾਂ ਨਹੀਂ ਲੱਗਦਾ ਕਿ ਹੁਣ ਮੈਂ ਥੱਕ ਗਈ ਆ ਬਹੁਤ ਕੰਮ ਕਰ ਲਿਆ ਆ ਕਿੱਥੋਂ ਇੰਨਾ ਹੌਸਲਾ ਆਉਂਦਾ ਹੈ ਕਿ ਇਕੱਲੇ ਤੁਰੇ ਚੱਲੋ ਤੇ ਇਹ ਸਾਰੀਆਂ ਤੇ ਸੋਚਦੇ ਹਾਂ ਕਿ ਕਦੀ ਵੇਲੇ ਬੈਠੇ ਕਦੇ ਦਿਮਾਗ 'ਚ ਆਉਂਦਾ ਹੈ ਕਿ ਬਾਪੂ ਜੀ ਹੁਣ ਜਦੋਂ ਉੱਪਰੋਂ ਦੇਖ ਰਹੇ ਹੋਣਗੇ ਤੇ ਕਿੰਨਾ ਘਮਾਨ ਮਹਿਸੂਸ ਕਰਦੇ ਹੋਣਗੇ ਆਪਣੀ ਧੀ ਤੇ ਜਿਹਦਾ ਨਾਂ ਰੱਖਣ ਨੂੰ ਵੀ ਥੋੜਾ ਟਾਈਮ ਲਾ ਦਿੱਤਾ ਸੀ ਉਹਨਾਂ ਨੇ ਬਟ ਅੱਜ ਉਹੀ ਧੀ ਹਰਜਿੰਦਰ ਉਹਨਾਂ ਦਾ ਨਾਂ ਕਿੱਥੋਂ ਕਿੱਥੇ ਤਾਈ ਲੈ ਕੇ ਜਾ ਰਹੀ ਐ ਸਾਰੇ ਤੁਹਾਨੂੰ ਜਾਣਦੇ ਐ ਸਾਰੇ ਸਰਦਾਰ ਮੇਰ ਸਿੰਘ ਜੀ ਨੂੰ ਜਾਣਦੇ ਐ ਤੁਹਾਡਾ ਕਰਕੇ ਤੇ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਅੰਦਰ ਕਿਦਾਂ ਮਤਲਬ ਥਕਾਉਂਦੀਆਂ ਨਹੀਂ ਸਾਰਾ ਜਿਹੜਾ ਬੋਝ ਚੁੱਕ ਕੇ ਤੁਰੇ ਫਿਰਦੇ ਹੋ ਹਾਂਜੀ ਰਹੀ ਕੰਮ ਵੀ ਜਿਹੜਾ ਖੇਤੀਬਾੜੀ ਦਾ ਕੰਮ ਆ ਇਹ ਥੋੜਾ ਜਿਹਾ ਵਜਨ ਦਾ ਤੇ ਜ਼ੋਰਦਾਰ ਵੀ ਆ ਜਿਹੜਾ ਸਿਹਤ ਪੱਖੋਂ ਉਹ ਵੀ ਆਪਾਂ ਨੂੰ ਪੂਰੇ ਅੰਦਰੋਂ ਵੀ ਸਟਰੋਂਗ ਹੋਣਾ ਪੈਂਦਾ ਤੇ ਸਿਹਤ ਤੌਰ ਤੇ ਵੀ ਸਟਰੋਂਗ ਹੋਣਾ ਪੈਂਦਾ ਸੋ ਮੈਨੂੰ ਕਦੇ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਮੈਂ ਹਮੇਸ਼ਾ ਹੀ ਮੇਰਾ ਕੋਈ ਨਾ ਕੋਈ ਜ਼ਿੰਦਗੀ ਦਾ ਏਮ ਹੁੰਦਾ ਤੇ ਮੈਂ ਹਰ ਵਾਰੀ ਨਵਾਂ ਸੁਪਨਾ ਸਜਾਉਣੀ ਹੈ ਤੇ ਉਹ ਸੁਪਨੇ ਨੂੰ ਪੂਰਾ ਕਰਨ ਲਈ ਉਹ ਚੀਜ਼ਾਂ ਮੈਨੂੰ ਕਦੇ ਥੱਕਣ ਨਹੀਂ ਦਿੰਦਾਂ ਸੋ ਜਿਹੜੀਆਂ ਉਹ ਚੀਜ਼ਾਂ ਮੰਨ ਕੇ ਚੱਲੋ ਵੀ ਹਮੇਸ਼ਾ ਮੈਂ ਮਿੱਟੀ ਦੇ ਨਾਲ ਆਪਦੀ ਜੁੜੀ ਰਹੀਆਂ ਪਸ਼ੋਕੜਾ ਮੇਰਾ ਖੇਤੀਬਾੜੀ ਆ ਸੋ ਮੈਨੂੰ ਲੱਗਦਾ ਵੀ ਉਹ ਚੀਜ਼ਾਂ ਜਦੋਂ ਵੀ ਮੈਨੂੰ ਕਦੇ ਨਾ ਕਦੇ ਵੀ ਇਹਦਾ ਲੱਗਦਾ ਵੀ ਆਹ ਜਿਹੜਾ ਆ ਕੰਮ ਇਵੇਂ ਕਰਨਾ ਚਾਹੀਦਾ ਸੋ ਇਕ ਨਾ ਇਹ ਕੁਦਰਤੀ ਤੌਰ ਤੇ ਆ ਮੈਨੂੰ ਐਂ ਲੱਗਦਾ ਵੀ ਜਿਵੇਂ ਮੇਰਾ ਬਾਪੂਆ ਤੇ ਮੇਰੇ ਭਰਾ ਉਹਨਾਂ ਦਾ ਜਿਹੜਾ ਹੱਥ ਆ ਉਹ ਹਮੇਸ਼ਾ ਮੇਰੇ ਸਿਰ ਤੇ ਆ ਉਹਨਾਂ ਨੇ ਕਦੇ ਮੇਰਾ ਹੌਸਲਾ ਡਿੱਗਣ ਨਹੀਂ ਈ ਦਿੱਤਾ ਕਿਉਂਕਿ ਮੈਂ ਉਸੇ ਪਿਛੋਕੜ ਚ ਚਲੀ ਜਾਨੀ ਆ ਕਿ ਮੇਰੇ ਬਾਪੂ ਵਰਗੇ ਵੀ ਤਾਂ ਇਦਾਂ ਕਾਰ ਹੀ ਲੈਂਦੇ ਸੀ ਵੱਡੇ ਬਾਈ ਵਰਗੇ ਵੀ ਤਾਂ ਸਾਰਾ ਕੰਮ ਕਰ ਲੈਂਦੇ ਸੀ ਤੇ ਜਿੱਥੇ ਕਿਤੇ ਮੈਨੂੰ ਲੱਗਦਾ ਵੀ ਥੋੜੀ ਬਹੁਤੀ ਉੱਚੀ ਨੀ ਚ ਹੁੰਦੀ ਆ ਤਾਂ ਮੈਨੂੰ ਉਹ ਚੀਜ਼ਾਂ ਉਹ ਯਾਦਾਂ ਹਲਾਸ਼ੀਰੀ ਦਿੰਦੀਆਂ ਵੀ ਪੁੱਤ ਉੱਠ ਜਿਵੇਂ ਮੇਰੇ ਬਾਪੂ ਨੇ ਹਮੇਸ਼ਾ ਸਾਰਿਆਂ ਤੋਂ ਜ਼ਿਆਦਾ लाਡ ਲਈ ਮੈਂ ਸੀ ਜਾਇ ਮੇਰੇ ਬਾਪ ਨੂੰ ਬਹੁਤਾ ਚੰਗਾ ਨਹੀਂ ਸਮਝ ਆ ਗਿਆ ਵੀ ਦੁਬਾਰਾ ਇਹ ਕੁੜੀ ਕਿਉਂ ਹੋਗੀ ਤੇ ਸੋ ਪਰ ਮੈਨੂੰ ਬਾਅਦ ਚ ਪਿਆਰ ਬਹੁਤ ਕੀਤਾ ਸੀ ਮੇਰੇ ਬਾਪੂ ਨੇ ਉਹ ਚੀਜ਼ਾਂ ਮੈਨੂੰ ਹੌਸਲਾ ਦਿੰਦੀਆਂ ਵਾਜ ਦਿੰਦੀਆਂ ਠੀਕ ਆ ਜਿਵੇਂ ਉਹ ਮੇਰੇ ਵਿੱਚ ਇੱਕ ਜਨੂਨ ਇੱਕ ਜੋਸ਼ ਪੈਦਾ ਕਰਦੀਆਂ ਮੀ ਬਹੁਤ ਉੱਠ ਮੀ ਤੂੰ ਸਾਡੀ ਪਿੱਠ ਨਹੀਂ ਲੱਗਣ ਦੇ ਸਕਦਾ ਇਹ ਚੀਜ਼ਾਂ ਮੇਰੇ ਨਾਲ ਅੰਦਰੋਂ ਮੈਨੂੰ ਮਹਿਸੂਸ ਹੁੰਦੀਆਂ ਵੀ ਨਹੀਂ ਉਹ ਚੀਜ਼ਾਂ ਹਮੇਸ਼ਾ ਹੀ ਮੇਰਾ ਜਿਹੜਾ ਹੌਸਲਾ ਬਣ ਕੇ ਰਹਿੰਦੀਆਂ ਤੇ ਹਰ ਵਾਰੀ ਜਿਹੜੇ ਆਪਣੇ ਨਵੇਂ ਸੁਪਨੇ ਹੁੰਦੇ ਆ ਉਹ ਆਪਾਂ ਨੂੰ ਜੋਸ਼ ਭਰਦੇ ਆ ਤੇ ਜੋਸ਼ ਹੋਣਾ ਵੀ ਚਾਹੀਦਾ ਕਿਉਂਕਿ ਜਿਹੜੀ ਆਪਣੀ ਇਹ ਉਮਰ ਹੁੰਦੀ ਹੈ ਇਹ ਉਮਰ ਕਮਾਉਣ ਦੀ ਹੁੰਦੀ ਆ ਤੇ ਮੈਨੂੰ ਲੱਗਦਾ ਵੀ ਜਿੰਨੀ ਵੀ ਮਿਹਨਤ ਕਰ ਗਿਆ ਆਪਾਂ ਆਪਣੀ ਜ਼ਿੰਦਗੀ ਦੀ ਮੰਜ਼ਿਲ ਨੂੰ ਪਾਉਣ ਲਈ ਉਨੀ ਥੋੜੀ ਆ ਤੇ ਸੋ ਇੱਕ ਮੇਰੀ ਆਦਤ ਆ ਕਿ ਮੈਨੂੰ ਜ਼ਿਆਦਾਤਰ ਨਾਲ ਸਾਰਿਆਂ ਤੋਂ ਇਕੱਲਾ ਰਹਿਣਾ ਬੜਾ ਪਸੰਦ ਆ ਕਿਉਂਕਿ ਜਦੋਂ ਆਪਾਂ ਇਕੱਲੇ ਹੀ ਰਹਿੰਦੇ ਆ ਤਾਂ ਉਦੋਂ ਸਮਝ ਲਓ ਵੀ ਤੁਸੀਂ ਕਿਸੇ ਜ਼ਿੰਦਗੀ ਦੇ ਅਹਿਮ ਰਾਹ ਤੇ ਜਾ ਰਹੇ ਆ ਸੋ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਸ਼ਾਂਤਮਈ ਟੰਗ ਦੇ ਨਾਲ ਆਪਣੇ ਹੋਸ਼ ਤੇ ਜੋਸ਼ ਤੋਂ ਕੰਮ ਲੈਂਦੀ ਹੋ ਉਸ ਮੰਜ਼ਲ ਤੱਕ ਪਹੁੰਚਾ ਮੈਨੂੰ ਪਤਾ ਹੈ ਬੈਨ ਮੈਂ ਤੁਹਾਡਾ ਬਹੁਤ ਸਾਰਾ ਟਾਈਮ ਲੈ ਲਿਆ ਹੈ ਔਰ ਤੁਸੀਂ ਖਾਸ ਵਾਪਸ ਦਿੱਲੀ ਤੋਂ ਆਈ ਵੀ ਹੋ ਕਿਉਂਕਿ ਤੁਹਾਨੂੰ ਪ੍ਰੋਟੈਸਟ ਤੋਂ ਵਾਪਸ ਆਏ ਹੋ ਉੱਥੇ ਟਾਈਮ ਲਾ ਕੇ ਆਏ ਹੋ ਨਾਲ ਟਿਕ ਰਿਬਾਰਡਰ ਤੇ ਸਿੰਗੂ ਬਾਰਡਰ ਤੇ ਤੁਸੀਂ ਕਿਸਾਨਾਂ ਦੇ ਨਾਲ ਖੜੇ ਹੋਏ ਸੀ ਪਰ ਮੈਨੂੰ ਪਤਾ ਤੁਸੀਂ ਵਾਪਸ ਆਏ ਹੋ ਆਪਣੇ ਕੰਮ ਲਈ ਔਰ ਆ ਜਿਹੜੀ ਜੀਓ ਦੀ ਚੱਲ ਰਹੀ ਹੈ ਚੀਜ਼ ਔਰ ਇਹਦਾ ਕਰਕੇ ਆਪਣੀ ਇੰਟਰਨੈਟ ਦੀ ਪ੍ਰੋਬਲਮ ਆਈ ਔਰ ਅਸੀਂ ਜ਼ੂਮ ਮੀਟ ਨਹੀਂ ਕਰ ਸਕਿਆ ਤੁਹਾਡੇ ਨਾਲ ਅ ਆਪਣੀ ਪਰ ਤੁਸੀਂ ਟਾਈਮ ਦਿੱਤਾ ਹੈ ਸਾਨੂੰ ਫੋਨ ਤੇ ਗੱਲ ਕੀਤੀ ਔਰ ਮੇਰੇ ਮਨ ਚ ਵੀ ਇਹ ਸੇ ਕਿ ਤੁਹਾਡੀ ਕਹਾਣੀ ਤੁਹਾਡੀ ਸਟਰੈਂਥ ਦੀ ਕਹਾਣੀ ਤੁਹਾਡੀ ਤਾਕਤ ਹੌਸਲੇ ਹਿੰਮਤ ਦੀ ਕਹਾਣੀ ਇਹ ਸਾਰਿਆਂ ਨੂੰ ਸੁਣਨੀ ਚਾਹੀਦੀ ਔਰ ਇਹ ਬਹੁਤ ਸਾਰੇ ਲੋਕਾਂ ਦਾ ਮਾਰ ਦਰਸ਼ਨ ਕਰ ਸਕਦੀ ਹੈ ਜਿਹੜੇ ਲੋਕ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਵੀ ਘਬਰਾ ਜਾਂਦੇ ਬਿਕੋਜ਼ ਜੋ ਕੁਝ ਤੁਹਾਡੇ ਨਾਲ ਹੋਇਆ ਇਹਦੇ ਤੋਂ ਉੱਪਰ ਤੇ ਕੋਈ ਟ੍ਰੈਜੇਡੀ ਹੋ ਹੀ ਨਹੀਂ ਸਕਦੀ ਹੈ ਔਰ ਫਿਰ ਵੀ ਤੁਸੀਂ ਆਪਣੇ ਆਪ ਨੂੰ ਸੰਭਾਲ ਕੇ ਔਰ ਉਹ ਚੀਜ਼ਾਂ ਨੂੰ ਨਾਲ ਲੈ ਕੇ ਤੁਰੇ ਹੋ ਹਿੰਮਤ ਨਹੀਂ ਆ ਰਹੀ ਹੌਸਲਾ ਨਹੀਂ ਆ ਰਿਹਾ ਔਰ ਬੇਟੀ ਵੀ ਤੇ ਬੇਟਾ ਵੀ ਸਦਾਨ ਮੇਰ ਸਿੰਘ ਜੀ ਦਾ ਬਣ ਕੇ ਉੱਪਰ ਕੇ ਸਾਹਮਣੇ ਆਏ ਹੋ ਸਾਨੂੰ ਬਹੁਤ ਮਾਣ ਹੈ ਤੁਹਾਡੇ ਤੇ ਰੱਬ ਤੁਹਾਨੂੰ ਲੰਬੀ ਉਮਰ ਕਰੇ ਸਾਰਿਆਂ ਨੂੰ ਤੁਹਾਨੂੰ ਖੂਬ ਤਰੱਕੀ ਦੇਵੇ ਔਰ ਜੇ ਅਸੀਂ ਤੁਹਾਡੇ ਕਿਸੇ ਕੰਮ ਆ ਸਕਦੇ ਆ ਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਪਰ ਜਾਂਦੇ ਜਾਂਦੇ ਭੈਣ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣਾ ਚਾਹਣੀ ਹੈ ਇੱਕਦਮ ਗੱਲ ਕਰਦੇ ਕਰਦੇ ਮੇਰੇ ਦਿਮਾਗ ਚ ਆ ਰਹੀ ਹੈ ਕੀ ਐਦਾਂ ਵੀ ਹੋਇਆ ਕਦੀ ਕਿ ਜਦੋਂ ਕੁੜੀਆਂ ਯੰਗ ਹੁੰਨੀਆਂ ਐ ਤੇ ਉਹ ਉਹ ਜਿਹੜਾ ਖੂਬਸੂਰਤ ਬਣਨ ਦਾ ਇੱਕ ਤਾਂ ਹੁੰਦਾ ਐ ਸੋਹਣੇ ਸੋਹਣੇ ਕੱਪੜੇ ਪਾਉਣੇ ਗਹਿਣੇ ਗੱਟੇ ਪਾਉਣੇ ਫਿਰ ਵਿਆਹ ਸ਼ਾਦੀਆਂ ਤੇ ਜਾਣਾ ਤੇ ਮੇਕਅਪ ਸ਼ੇਕਅਪ ਲਾ ਕੇ ਉਹ ਸਾਰੇ ਜਿਹੜੀਆਂ ਫੈਮਿਨਿਨ ਚੀਜ਼ਾਂ ਲੜਕੀਆਂ ਵਾਲੀਆਂ ਚੀਜ਼ਾਂ ਉਹ ਮੰਨ ਕਰਦਾ ਉਹਨਾਂ ਚੀਜ਼ਾਂ ਚ ਇਨਵੋਲਵ ਹੋਣ ਨੂੰ ਕਿ ਉਹ ਸਾਰੇ ਜਿਹੜੀਆਂ ਰੀਜਾਂ ਉਹ ਸਦਰਾਂ ਉਹਨਾਂ ਨੂੰ ਬੰਦ ਕਰਕੇ ਕਿਸੇ ਸੰਦੂਕ ਚ ਤਾਲਾ ਲਾ ਕੇ ਰੱਖ ਦਿੱਤਾ ਜੀ ਕਰਦਾ ਸੋਹਣੇ ਸੋਹਣੇ ਕੱਪੜੇ ਪਾਉਣ ਨੂੰ ਨੇਲ ਪਾਲਿਸ਼ ਲਾ ਕੇ ਫਿਰ ਭਾਵੇਂ ਹੱਥ ਕਈ ਫੜੀ ਹੋਵੇ ਤੇ ਉਹ ਚੀਜ਼ ਨਾਲ ਕਿੱਦਾਂ ਉਹ ਚੀਜ਼ ਨੂੰ ਮਤਲਬ ਆਈ ਡੋਨਟ ਨੋ ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਤੁਹਾਨੂੰ ਕਿੱਦਾਂ ਪੁੱਛ ਰਹੀਆਂ ਮਤਲਬ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਹੈ ਉਹ ਸਦਰਾਂ ਹੈ ਉਹਨੂੰ ਉਹਨਾਂ ਸਦਰਾਂ ਨੂੰ ਜੀਣ ਨੂੰ ਉਸ ਤਰ੍ਹਾਂ ਨਾਲ ਨਹੀਂ ਜੀ ਕਰਦਾ ਹਾਂ ਹਾਂਜੀ ਆ ਗੱਲ ਮੈਨੂੰ ਬੜੀ ਵਧੀਆ ਲੱਗੀ ਪਰ ਮੈਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਜ਼ਿਆਦਾਤਰ ਮੈਨੂੰ ਜਿਹੜਾ ਸਿੰਪਲ ਰਹਿਣਾ ਹੀ ਪਸੰਦ ਆ ਤੇ ਸਿੰਪਲ ਸੂਟ ਵੀ ਮੇਰੇ ਸਿੰਪਲ ਹੀ ਹੁੰਦੇ ਆ ਤੇ ਕਦੇ-ਕਦੇ ਤਾਂ ਇਦਾਂ ਹੀ ਹੁੰਦਾ ਵੀ ਜਿਹੜੇ ਮੇਰੇ ਖੇਤ ਦੇ ਕੰਮਾਂ ਕਰਾਂ ਤੇ ਮੇਰੇ ਸੂਟ ਪਾਏ ਹੁੰਦੇ ਆ ਮੈਂ ਉਹਨਾਂ ਨੇ ਸ਼ਹਿਰ ਚਲੀ ਜਾਨੀ ਉਹਨਾਂ ਚੱਪਲਾਂ 'ਚ ਹੀ ਸ਼ਹਿਰ ਚਲੀ ਜਾਨੀ ਆ ਕਿਉਂਕਿ ਮੈਨੂੰ ਇਹ ਚੀਜ਼ ਲੱਗਦੀ ਨਹੀਂ ਕਿਉਂਕਿ ਮੈਨੂੰ ਮੈਨੂੰ ਹੁਣ ਜਿਹੜੀ ਚੀਜ਼ ਮਹਿਸੂਸ ਹੁੰਦੀ ਆ ਕਿ ਮੈਂ ਇੱਕ ਕਿਸਾਨ ਆ ਤੇ ਕਿਸਾਨ ਦੇ ਤੌਰ ਤੇ ਸਾਰੇ ਮੇਰੀ ਰਿਸਪੈਕਟ ਕਰਦੇ ਆ ਜਿੱਥੇ ਵੀ ਮੈਂ ਜਾਵਾਂ ਤੇ ਚਾਹੇ ਹੁਣ ਦਿੱਲੀ ਧਰਨੇ ਨੂੰ ਲੈ ਕੇ ਇਂ ਰੱਖ ਲੋ ਕਿ ਮੈਂ ਦਿੱਲੀ ਧਰਨੇ ਚ ਗਈ ਤੇ ਮੇਰਾ ਫੇਸ ਤੋਂ ਸਾਰੇ ਸੇਣ ਦਿੰਦੇ ਆ ਠੀਕ ਆ ਫਿਰ ਮੈਨੂੰ ਲੱਗਦਾ ਵੀ ਜੇ ਮੈਂ ਇਸ ਕੁੜੰਗਾ ਵਾਲੀ ਲਾਈਨ ਦੇ ਵਿੱਚ ਜਾਵਾਂ ਹਨਾ ਮੈਂ ਇਸ ਤੋਂ ਬਹੁਤ ਦੂਰੇ ਰਹਿਣਾ ਪਸੰਦ ਕਰਦੀ ਆ ਕਿਉਂਕਿ ਮੈਨੂੰ ਮੇਕਅਪ वगਰੇ ਚੀਜ਼ਾਂ ਬਿਲਕੁਲ ਪਸੰਦ ਨਹੀਂ ਮੈਂ ਬਿਲਕੁਲ ਸਿੰਪਲਾਂ ਤੇ ਪਰਮਾਤਮਾ ਕਰਕੇ ਮੈਂ ਹਮੇਸ਼ਾ ਸਿੰਪਲ ਹੀ ਰਹਾ ਮਾਂ ਕਿਉਂਕਿ ਜਿੰਨਾ ਮੈਂ ਸਿੰਪਲ ਰਹਿੰਦੀ ਮੈਨੂੰ ਜਿਹੜਾ ਇੱਕ ਮੇਰਾ ਸਿੰਪਲ ਹੋਣ ਦਾ ਪਹਿਰਾਵਾ ਜਾਂ ਮੇਰੇ ਸਿਰ ਦੇ ਉੱਪਰ ਹਮੇਸ਼ਾ ਹੀ ਦੁਪੱਟਾ ਹੁੰਦਾ ਉਸ ਚੀਜ਼ ਨੇ ਮੈਨੂੰ ਇੱਕ ਇਸ ਸਮਾਜ ਦੇ ਵਿੱਚ ਇਸ ਭੈਣ ਭਰਾਵਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਇੱਕ ਅਲੱਗ ਪਛਾਣ ਦਿੱਤੀ ਆ ਤੇ ਸੋ ਕੋਈ ਇਹ ਕੁਦਰਤੀ ਗੱਲ ਹੀ ਆ ਕਿ ਸਿੰਪਲ ਹੀ ਵਧੀਆ ਲੱਗਦਾ ਪਰ ਸਭ ਤੋਂ ਵੱਡੀ ਚੀਜ਼ ਹੁੰਦੀ ਆ ਕਿ ਆਪਣੀ ਪਛਾਣ ਜੇ ਆਪਾਂ ਕੋਈ ਸੈਂਪਲ ਹੀ ਨਾਰਮਲ ਹੀ ਪੁਰਾਣੇ ਜੇ ਕੱਪੜਿਆਂ ਚ ਅਸੀਂ ਆ ਲੈਂਦਾ ਤਾਂ ਮੈਨੂੰ ਖੁਸ਼ੀ ਮਿਲਦੀ ਆ ਵੀ ਹਾਂ ਵੀ ਸਿਆਣੇ ਆ ਤੇ ਮੈਂ ਉਸ ਚੀਜ਼ ਉਹ ਚੀਜ਼ ਮੈਨੂੰ ਖੁਸ਼ੀ ਦਿੰਦੀ ਹੈ ਨਹੀਂਗਾ ਮੈਂ ਕਦੇ ਇਹ ਨਹੀਂ ਸੋਚਿਆ ਵੀ ਮੇਰੇ ਕੱਪੜਾ ਮਹਿੰਗਾ ਹੋ ਗਏ ਜਾਂ ਮੇਰਾ ਕੱਪੜਾ ਇਦਾਂ ਦਾ ਹੋਵੇ ਜਾਂ ਕੁੜੀਆਂ ਵਾਲੇ ਸ਼ੌਂਕ ਹੋਣ ਇਹ ਚੀਜ਼ਾਂ ਨਹੀਂ ਪਰ ਜਿਹੜੇ ਮੇਰੇ ਸ਼ੌਂਕ ਹਨ ਤੇ ਜੇ ਮੈਂ ਆਪਣੇ ਸ਼ੌਂਕਾਂ ਦੀ ਗੱਲ ਕਰਾਂ ਤਾਂ ਸ਼ੌਂਕ ਮੇਰੇ ਬਿਲਕੁਲ ਮੇਰੇ ਬਾਪੂ ਵਰਗੇ ਆ ਕਿਉਂਕਿ ਹਰ ਵਾਰੀ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਮੇਰਾ ਲੱਗ ਸ਼ੌਂਕ ਹੁੰਦਾ ਤੇ ਮੈਂ ਲੱਗ ਰਹਿਣਾ ਹੀ ਪਸੰਦ ਕਰਦੀ ਆ ਕਿਉਂਕਿ ਅਮਰੀ ਸੋਚ ਆ ਵੀ ਆਪਾਂ ਇੱਕ ਲੱਗ ਰਹਿ ਕੇ ਕੋਈ ਲੱਗ ਨਵੇਂ ਜਿਹੜੀ ਸਮਾਜ ਦੇ ਵਿੱਚ ਨਵੀਂ ਸੇਧ ਦੇਣ ਦੀ ਕੋਸ਼ਿਸ਼ ਕਰਗੇ ਸੋ ਹੁਣ ਜਿਹੜਾ ਮੇਰਾ ਮੇਨ ਸੁਪਨਾ ਚੱਲ ਰਿਹਾ ਜਿਸ ਤੇ ਮੈਂ ਵਰਕ ਕਰ ਰਹੀ ਆ ਤੇ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੈਗਾ ਵੀ ਘਰ ਦਾ ਸੁਪਨਾ ਘਰ ਪੈ ਜੇ ਤੇ ਉਸ ਤੋਂ ਬਾਅਦ ਮੇਰਾ ਸ਼ੌਂਕ ਇਹੀ ਆ ਵੀ ਮੇਰੇ ਬਾਪੂ ਜੀ ਨੇ ਦੰਦਾਲੀ ਦਾ ਲਾਇਸੈਂਸ ਬਣਾਇਆ ਸੀਗਾ ਤੇ ਉਹੀ ਸ਼ੌਂਕਾਂ ਨਾਲ ਸਾਨੂੰ ਜੁੜਿਆ ਕਿਉਂਕਿ ਆਪਣਾ ਜਿਹੜਾ ਬਲੱਡ ਹੁੰਦਾ ਨੂੰ ਉਸੇ ਸਰਕਲ ਦੇ ਚੱਲਦਾ ਜਿਉ ਆਪਣੇ ਖਾਨਦਾਨ ਦੇ ਵਿੱਚ ਕਣ ਹੁੰਦੇ ਆ ਤੇ ਉਹੀ ਆਪਣੇ ਚਾਉਂਦੇ ਆ ਵੀ ਮੇਰੇ ਕੋਲੇ ਵੀ ਉਹ ਦੰਦਾਲੀ ਹੋਵੇ ਠੀਕ ਆ ਮੈਨੂੰ ਫੋ ਟਰੈਕਟਰ ਦਾ ਸ਼ੌਂਕ ਸੀਗਾ ਫਾਰਮ 60 ਦਾ ਤੇ ਉਹ ਵੀ ਪ੍ਰਮਾਤਮਾ ਨੇ ਪੂਰਾ ਕੀਤਾ ਤੇ ਉਸ ਤੋਂ ਬਾਅਦ ਮੈਂ ਸੋਚਦੀ ਆ ਵੀ ਜਿਵੇਂ ਮੇਰੇ ਬਾਪੂ ਜੀ ਵਰਗੇ ਦਾ ਹੀ ਸ਼ੌਂਕ ਸੀਗਾ ਮੇਰੇ ਭਰਾ ਵਰਗੇ ਦਾ ਸ਼ੌਂਕ ਸੀਗਾ ਉਹਨਾਂ ਨੇ ਕਿਹਾ ਨਾ ਆਪਾਂ ਪਿੱਛੇ ਗੱਡੀ ਲੈਣੀ ਆ ਫਿਰ ਹੁਣ ਮੇਰਾ ਵੀ ਸ਼ੌਂਕ ਆ ਵੀ ਆਪਾਂ ਲਾਲ ਰੰਗ ਦੀ ਓਪਨ ਗੱਡੀ ਰੱਖਣੀ ਆ ਤੇ ਜਿਵੇਂ ਆਪਣੇ ਪੁਰਾਣੇ ਵਿਰਗਾਂ ਦੇ ਸ਼ੌਕ ਹੁੰਦੇ ਸੀਗੇ ਮੈਨੂੰ ਉਹਨਾਂ ਚੀਜ਼ਾਂ ਨਾਲ ਜੁੜ ਕੇ ਰਹਿਣਾ ਜ਼ਿਆਦਾ ਪਸੰਦ ਆ ਕਿਉਂਕਿ ਕੋਈ ਨਾ ਕੋਈ ਜਿਹੜਾ ਜ਼ਿੰਦਗੀ ਦਾ ਸ਼ੌਂਕ ਆ ਸ਼ੌਂਕ ਆਪਾਂ ਨੂੰ ਜਿਉਂਦਾ ਰੱਖ ਦਿਆ ਤੇ ਸਭ ਤੋਂ ਵੱਡੀ ਜਿਹੜੀ ਗੱਲ ਇਹ ਆ ਕਿ ਚਲੋ ਪ੍ਰਮਾਤਮਾ ਨੇ ਨਾਮ ਬਹੁਤ ਬਖਸ਼ਿਆ ਨੀਵੇਂ ਹੋ ਕੇ ਆਣੇ ਵੀ ਪ੍ਰਮਾਤਮਾ ਇਦਾਂ ਹੀ ਬਖਸ਼ੀ ਰੱਖੀ ਸੋ ਮੈਂ ਲਾਸਟ ਵਿੱਚ ਇਹ ਗੱਲ ਕਹੂੰਗੀ ਵੀ ਹਰਜਿੰਦਰ ਕੌਰ ਉਪਲ ਨੂੰ ਸਾਰੇ ਭੈਣ ਭਰਾ ਕੀ ਬਣਾਉਣਾ ਪੈ ਸੰਦ ਕਰਦੇ ਆ ਉਹ ਇੱਕ ਲੱਗ ਆ ਪਰ ਹਰਜਿੰਦਰ ਕੌਰ ਕੋਲ ਖੋਦ ਕੀ ਬਣਾਣਾ ਪਸੰਦ ਕਰਦੀ ਹੈ ਮੇਰੇ ਲਈ ਉਹ ਚੀਜ਼ ਜ਼ਿਆਦਾ ਇਮੀਅਤ ਰੱਖਦੀ ਹੈ ਕਿਉਂਕਿ ਮੈਨੂੰ ਐ ਹੁੰਦਾ ਹਰ ਵਾਰੀ ਮੈਂ ਲੱਗ ਚੀਜ਼ ਕਰ ਲੱਗ ਕਰਾਂ ਤੇ ਲੱਗ ਉਹ ਚੀਜ਼ ਸਾਰਿਆਂ ਦੇ ਵਿੱਚ ਰੱਖੀ ਜਾਵੇ ਤੇ ਉਸ ਚੋਂ ਇੱਕ ਚੰਗੀ ਸਿਹਤ ਮਿਲੇ ਸੋ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਵੀ ਮੈਨੂੰ ਤਾਂ ਸਾਰੇ ਸਿੰਪਲ ਜੀ ਨੂੰ ਸਿਆਂ ਲਿਆ ਕਰਨ ਪਰ ਜਿਹੜੇ ਮੇਰੇ ਸ਼ੌਂਕ ਆ ਹਮੇਸ਼ਾ ਜਿੰਦਾ ਰਹਿਣ ਪ੍ਰਮਾਤਮਾ ਕਰੇ ਵੀ ਸਾਰਾ ਇਦਾਂ ਹੀ ਹੁੰਦਾ ਰਹੇ ਤੇ ਸੋ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਸਾਰਿਆਂ ਨੂੰ ਇੰਟਰਵਿਊ ਕਿਵੇਂ ਲੱਗੀ ਇਹ ਜਰੂਰ ਦੱਸਿਓ ਤੇ ਬਾਕੀ ਜਿਹੜੀਆਂ ਜਾਦੇ ਮੇਰੀਆਂ ਜਿਹੜੀਆਂ ਅਪਡੇਟ ਹੁੰਦੀਆਂ ਤੇ ਮੇਰਾ ਫੇਸਬੁੱਕ ਤੇ ਉੱਪਰ ਹਰਜਿੰਦਰ ਕੌਰ ਉਪਲ ਦੇ ਨਾਮ ਦਾ ਪੇਜ ਚੱਲਦਾ ਸੋ ਸਾਰੀਆਂ ਚੀਜ਼ਾਂ ਮੈਂ ਉੱਤੇ ਸ਼ੇਅਰ ਕਰਦੀ ਰਹਿੰਦੀ ਹਾਂ ਤੇ ਸਾਰੇ ਮੈਨੂੰ ਇੰਨਾ ਪਿਆਰ ਕਰਦੇ ਆ ਸਾਰਿਆਂ ਨੂੰ ਮੈਂ ਦਿਲੋਂ ਧੰਨਵਾਦੀ ਹਾਂ ਵੀ ਚਲੋ ਉਹ ਇੱਕ ਪਰਮਾਤਮਾ ਦੀ ਖੇਡ ਸੀ ਤੇ ਜਾਣਾ ਸਭ ਨਹੀਂ ਮੈਂ ਵੀ ਜਾਣਾ ਇਸ ਦੁਨੀਆਂ ਤੋਂ ਤੇ ਸਾਰੇ ਨਹੀਂ ਜਾਣਾ ਤੇ ਸੋ ਪਰਿਵਾਰ ਆ ਜਿਹੜਾ ਉਹ ਬੜੀ ਛੇਤੀ ਚਲੇ ਆ ਗਿਆ ਤੁਸੀਂ ਦਾ ਪਕਾਟਾ ਤਾਂ ਕਦੇ ਪੂਰਾ ਨਹੀਂ ਕਰ ਸਕਦੀ ਪਰ ਮਿਲੀਅਨ ਪਰਿਵਾਰਾਂ ਨੇ ਜਿਹੜਾ ਮੈਨੂੰ ਉਹ ਸਹਿਯੋਗ ਦੇਣ ਦੀ ਤੇ ਉਸ ਥਾਂ ਤੇ ਖੜਨ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਉਸ ਸਾਰਿਆਂ ਦੀ ਮੈਂ ਬਹੁਤ ਬਹੁਤ ਦਿਲੋਂ ਧੰਨਵਾਦੀ ਹਾਂ ਥੈਂਕ ਯੂ ਸੋ ਮੱਚ ਪੈਨ ਥੈਂਕ ਯੂ ਸੋ ਮੱਚ ਤੁਸੀਂ ਟਾਈਮ ਕੱਢਿਆ ਸਾਡੇ ਨਾਲ ਗੱਲ ਕੀਤੀ ਇਨ ਰਿਸਪੈਕਟਿਵ ਆਫ ਦਾ ਫੈਕਟ ਕਿ ਇੰਟਰਨੈਟ ਕਨੈਕਸ਼ਨ ਡ੍ਰੌਪ ਕਰ ਜਾਂਦਾ ਹੈ ਔਰ ਅਸੀਂ ਜ਼ੂਮ ਮੀਟ ਨਹੀਂ ਕਰ ਪਾਏ ਆ ਜਿਹੜੀ ਕਿ ਮੇਰੀ ਪਹਿਲੀ ਸੀ ਖੁਆਇਸ਼ ਕਿ ਆ ਸਾਹਮਣੇ ਦੇਖ ਕੇ ਆਪਾਂ ਗੱਲ ਕਰ ਪਾਉਂਦੇ ਬਟ ਤੁਸੀਂ ਫਿਰ ਵੀ ਮੇਰੇ ਮਨ ਦੇ ਅੰਦਰ ਬਹੁਤ ਸੀ ਕਿ ਹਰਜਿੰਦਰ ਪੈਨ ਦੀ ਕਹਾਣੀ ਨੂੰ ਜ਼ਰੂਰ ਸਾਹਮਣੇ ਲੈ ਕੇ ਆਉਣਾ ਚਾਹੀਦਾ ਬਿਕੋਜ਼ ਇਦਾਂ ਦੀਆਂ ਜਿਹੜੀਆਂ ਲੜਕੀਆਂ ਆ ਹੁਣ ਉਹ ਟਾਈਮ ਚਲਾ ਗਿਆ ਜਦੋਂ ਅਸੀਂ ਬੱਚਿਆਂ ਨੂੰ ਸੁਲਾਉਣ ਲੱਗੇ ਸਨਰੇਲਾ ਦੀ ਕਹਾਣੀ ਸੁਣਾਉਂਦੇ ਸੀ ਕਿ ਅ ਪ੍ਰਿੰਸ ਵੁੱਡ ਕਮ ਐਂਡ ਟੇਕ way no i think asli jehdi hun bedtime stories vi hai na oh harjinder pan wargiyan kahaniyan di honi chahidi hai jehdi which is full of strength courage resilience and i think this is what actual punjab is and you will find uh, a girl like her in every household over there um, we are very proud of you harjinder pan thank you so much and I hold this tremendous respect for you. And I'm pretty sure you will do a lot of progress and we will Thank you so very much. Thank